ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਵੇਂ ਹੋ ਤੁਸੀਂ? ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਮੈਂ ਵੀ ਠੀਕ ਹਾਂ। ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਅਤੇ ਅੱਜ ਅਸੀਂ ਬਣਾਵਾਂਗੇ ਚਿਬੜਾਂ ਦੀ ਚਟਨੀ ਪੰਜਾਬੀ ਸਟਾਈਲ, ਔਰ ਬਣਾਵਾਂਗੇ ਆਪਾਂ ਕੁੰਡੇ ਅਤੇ ਘੋਟੇ ਦੇ ਨਾਲ। ਅਤੇ ਇਹ ਲੈ ਲਿਆ ਆਪਾਂ ਨਮਕ, ਇਹ ਲੈ ਲਿਆ ਆਪਾਂ ਪੁਦੀਨਾ। ਆਪਾਂ ਆਪਣੇ ਹੀ ਘਰ ਲਗਾਇਆ ਹੋਇਆ ਇਹ ਪੁਦੀਨਾ, ਉੱਥੋਂ ਹੀ ਮੈਂ ਲੈ ਕੇ ਆਈ ਹਾਂ। ਇਹ ਆਪਾਂ ਲੈ ਲਿਆ ਹੈ ਹਰਾ ਧਨੀਆ ਚਿੱਬੜ, ਅਦਰਕ, ਪਿਆਜ, ਲਸਣ ਅਤੇ ਸਾਬਤ ਸੁੱਕੀ ਹੋਈ ਲਾਲ ਮਿਰਚ। ਇਹ ਸੁੱਕੀ ਹੋਈ ਲਾਲ ਮਿਰਚ ਹੈ, ਸੁੱਕੀ ਹੋਈ ਬਿਲਕੁਲ। ਅਤੇ ਆਪਾਂ ਹੁਣ ਸਭ ਤੋਂ ਪਹਿਲਾਂ ਮਿਰਚਾਂ ਦਾ ਇਹ ਜੋ ਪਿਛਲੇ ਵਾਲਾ ਹਿੱਸਾ ਹੈ ਇਹਨੂੰ ਇਸ ਤਰ੍ਹਾਂ ਕੱਟ ਦੇਵਾਂਗੇ ਅਤੇ ਇਹਨੂੰ ਕੁੰਡੇ ਦੇ ਵਿੱਚ ਇਸ ਤਰ੍ਹਾਂ ਪਾਵਾਂਗੇ। ਸਭ ਤੋਂ ਪਹਿਲਾਂ ਆਪਾਂ ਇਹ ਲਾਲ ਮਿਰਚਾਂ ਦੇ ਵਿੱਚ ਪਾ ਕੇ ਸੁੱਕੀਆਂ ਅਤੇ ਨਮਕ ਪਾ ਕੇ ਇਹਨੂੰ ਚੰਗੀ ਤਰ੍ਹਾਂ ਰਗੜਾਂਗੇ, ਚੰਗੀ ਤਰ੍ਹਾਂ ਪੀਸ ਲਵਾਂਗੇ, ਬਰੀਕ ਕਰ ਲਵਾਂਗੇ। ਅਤੇ ਫਰੈਂਡਸ, ਇਹ ਆਪਾਂ ਲੈ ਲਿਆ ਹੈ ਪਾਣੀ। ਜਿੰਨੀ ਜ਼ਰੂਰਤ ਹੋਊਗੀ ਉਵੇਂ ਥੋੜ੍ਹਾ ਥੋੜ੍ਹਾ ਆਪਾਂ ਪਾਣੀ ਪਾਉਂਦੇ ਜਾਵਾਂਗੇ ਮਿਰਚਾਂ ਨੂੰ ਗਿੱਲਾ ਰੱਖਣ ਲਈ। ਅਤੇ ਜੋ ਸੀਟੀ ਦੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ ਸੁਣ ਸੁਣ ਦੀ, ਉਹਨੂੰ ਇਗਨੋਰ ਕਰਿਆ ਜੇ, ਕਿਉਂਕਿ ਆਪਾਂ ਰੱਖਿਆ ਹੋਇਆ ਹੈ ਸਾਗ ਬਣ ਲਈ ਅਤੇ ਨਾਲ ਨਾਲ ਆਪਣਾ ਸਾਗ ਬਣ ਰਿਹਾ। ਅਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਪੀਸਾਂਗੇ, ਕੁੱਟਾਂਗੇ ਚੰਗੀ ਤਰ੍ਹਾਂ, ਇਹਨੂੰ ਰਗੜਦੇ ਹੋਏ ਆਪਣੀਆਂ ਅੱਖਾਂ ਨੂੰ ਬਚਾ ਕੇ ਇਹਨੂੰ ਇਸੇ ਤਰ੍ਹਾਂ ਕੁੱਟਣਾ ਹੈ, ਚੰਗੀ ਤਰ੍ਹਾਂ ਪੀਸਣਾ ਹੈ। ਮੈਂ ਨਮਕ ਅਤੇ ਮਿਰਚਾਂ ਦੋਨੋਂ ਪਾਏ ਹੋਏ ਨੇ, ਵਿੱਚ ਹਲਕਾ ਜਿਹਾ ਪਾਣੀ ਪਾਇਆ ਹੋਇਆ ਤਾਂ ਕਿ ਮਿਰਚਾਂ ਆਪਣੀਆਂ ਸੋਫਟ ਹੋ ਜਾਣ, ਨਰਮ ਹੋ ਜਾਣ। ਅਤੇ ਇਹਨੂੰ ਚੰਗੀ ਤਰ੍ਹਾਂ ਰਗੜਦੇ ਹੋਏ ਇਸ ਤਰ੍ਹਾਂ ਕਰਕੇ ਰਗੜਦੇ ਹੋਏ ਇਸ ਤਰ੍ਹਾਂ ਚੰਗੀ ਤਰ੍ਹਾਂ ਇਸ ਤਰ੍ਹਾਂ। ਮੈਂ ਤੁਹਾਨੂੰ ਉਸ ਤਰ੍ਹਾਂ ਕੁੱਟਦੇ ਹੋਏ ਰਿਕਾਰਡ ਕਰਕੇ ਨਹੀਂ ਦੱਸ ਸਕਦੀ, ਕਿਉਂਕਿ ਮੈਂ ਇੱਕ ਹੱਥ ਨਾਲ ਫੋਨ ਫੜਿਆ ਹੋਇਆ ਹੈ ਅਤੇ ਦੂਸਰੇ ਹੱਥ ਨਾਲ ਮਿਰਚਾਂ ਨੂੰ ਪੀਸ ਰਹੀ ਹਾਂ। ਫਰੈਂਡਸ, ਆਪਾਂ ਚੰਗੀ ਤਰ੍ਹਾਂ ਪੀਸ ਲਿਆ ਹੈ ਮਿਰਚਾਂ ਨੂੰ, ਬਿਲਕੁਲ ਬਰੀਕ ਕਰ ਲਿਆ ਹੈ। ਅਤੇ ਇਸ ਤਰ੍ਹਾਂ ਆਪਾਂ ਦੋਨਾਂ ਪੈਰਾਂ ਦੇ ਨਾਲ ਕੁੰਡੇ ਨੂੰ ਪਕੜਨਾ ਹੈ ਅਤੇ ਇਸ ਡੰਡੇ ਦੇ ਨਾਲ, ਅਸੀਂ ਤਾਂ ਇਹਨੂੰ ਪੰਜਾਬੀ ਵਿੱਚ ਘੋਟਣਾ ਕਹਿੰਦੇ ਹੋ, ਤੁਸੀਂ ਜੋ ਵੀ ਕਹਿੰਦੇ ਹੋ, ਇਹਦੇ ਨਾਲ ਆਪਾਂ ਚੰਗੀ ਤਰ੍ਹਾਂ ਰਗੜਾ ਦੇ ਕੇ ਉਹਨੂੰ ਬਿਲਕੁਲ ਬਰੀਕ ਕਰ ਦੇਣਾ। ਇਹਦੇ ਵਿੱਚ ਜੋ ਬੀਜ ਹੁੰਦੇ ਆ ਉਹਨਾਂ ਨੂੰ ਬਿਲਕੁਲ ਬਰੀਕ ਕਰ ਦੇਣਾ, ਬਿਲਕੁਲ ਬੀਜ ਇੱਕ ਨਹੀਂ ਦਿਖਣਾ ਚਾਹੀਦਾ ਇਹਦੇ ਵਿੱਚ, ਕਿਉਂਕਿ ਚਟਨੀ ਖਾਂਦੇ ਸਮੇਂ ਫਿਰ ਉਹ ਮੂੰਹ ਦੇ ਵਿੱਚ ਆਉਂਦੇ ਆ। ਅਤੇ ਇਸ ਚੀਜ਼ ਨੂੰ ਅਸੀਂ ਤਾਂ ਘੋਟਣਾ ਕਹਿੰਦੇ ਹਾਂ, ਤੁਸੀਂ ਕੀ ਕਹਿੰਦੇ ਹਾਂ ਕਮੈਂਟ ਵਿੱਚ ਜ਼ਰੂਰ ਦੱਸਣਾ। ਅਤੇ ਇੱਕ ਪੰਜਾਬੀ ਗਾਣਾ ਤੁਸੀਂ ਸੁਣਿਆ ਹੀ ਹੋਵੇਗਾ, ਨਛੱਤਰਾ ਸੱਸ ਕੁੱਟਣੀ ਨਿੰਮ ਦਾ ਘੋਟਣਾ ਲਿਆਈ, ਅਤੇ ਇਹ ਉਹੀ ਘੋਟਣਾ ਜਿਹਦੇ ਨਾਲ ਚਟਨੀ ਬਣਦੀ ਹੈ, ਜਿਹਦੇ ਨਾਲ ਅਸੀਂ ਪੰਜਾਬੀ ਲੋਕ ਚਟਨੀ ਬਣਾਉਂਦੇ ਹਾਂ। ਅਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਪੀਸ ਲਿਆ ਹੈ ਮਿਰਚਾਂ ਨੂੰ, ਅਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਅਦਰਕ ਅਤੇ ਲਸਣ। ਹੁਣ ਅਸੀਂ ਲਸਣ ਅਤੇ ਅਦਰਕ ਪਾ ਕੇ ਇਹਨੂੰ ਚੰਗੀ ਤਰ੍ਹਾਂ ਕੁੱਟ ਲਵਾਂਗੇ। ਆਪਣਾ ਲਸਣ ਅਤੇ ਅਦਰਕ ਚੰਗੀ ਤਰ੍ਹਾਂ ਕੁੱਟਿਆ ਗਿਆ ਹੈ, ਬਿਲਕੁਲ ਬਰੀਕ ਹੋ ਗਿਆ ਹੈ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼, ਹੁਣ ਆਪਾਂ ਪਿਆਜ਼ ਨੂੰ ਪਾ ਕੇ ਚੰਗੀ ਤਰ੍ਹਾਂ ਬਰੀਕ ਕਰਾਂਗੇ, ਕੁੱਟਾਂਗੇ। ਆਪਣੇ ਪਿਆਜ਼ ਵੀ ਚੰਗੀ ਤਰ੍ਹਾਂ ਕੁੱਟੇ ਗਏ ਆ, ਬਿਲਕੁਲ ਬਰੀਕ ਹੋ ਗਿਆ। ਹੁਣ ਆਪਾਂ ਪਾਵਾਂਗੇ ਧਨੀਆ ਅਤੇ ਪੁਦੀਨਾ, ਇਹਨੂੰ ਵੀ ਚੰਗੀ ਤਰ੍ਹਾਂ ਕੁੱਟਾਂਗੇ, ਬਰੀਕ ਕਰ ਦਾਂਗੇ, ਇਹਨਾਂ ਨੂੰ ਵੀ ਚੰਗੀ ਤਰ੍ਹਾਂ ਪੀਸ ਲਵਾਂਗੇ। ਧਨੀਆ ਅਤੇ ਪੁਦੀਨਾ ਵੀ ਬਿਲਕੁਲ ਬਰੀਕ ਹੋ ਚੁੱਕਿਆ, ਬਿਲਕੁਲ ਬਰੀਕ ਬਰੀਕ ਕਰ ਲਿਆ ਆਪਾਂ। ਅਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਚਿੱਬੜ,
ਅਤੇ ਚਿਬੜਾਂ ਦਾ ਇਹ ਜੋ ਉੱਪਰ ਵਾਲਾ ਛਿਲਕਾ ਹੈ ਇਹਨੂੰ ਆਪਾਂ ਉਤਾਰ ਲਵਾਂਗੇ ਚਾਕੂ ਦੇ ਨਾਲ। ਇਹਨੂੰ ਉਤਾਰ ਕੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਚਿਬੜ। ਇਸ ਤਰ੍ਹਾਂ ਆਪਾਂ ਚਿਬੜ ਦਾ ਛਿਲਕਾ ਉਤਾਰ ਕੇ ਚਿਬੜ ਨੂੰ ਕੱਟ ਕਰਕੇ ਪਾ ਲਿਆ ਇਹਦੇ ਵਿੱਚ। ਹੁਣ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਰਗੜਾਂਗੇ। ਆਪਣੀ ਚਿਬੜਾਂ ਦੀ ਚਟਨੀ ਬਣ ਕੇ ਹੋ ਗਈ ਹੈ ਤਿਆਰ। ਅਤੇ ਇਹਨੂੰ ਬਣਾਉਣ ਲਈ ਮਿਹਨਤ ਕਰਨੀ ਪੈਂਦੀ। ਜਿੰਨੀ ਜ਼ਿਆਦਾ ਮਿਹਨਤ ਕਰੋਗੇ ਸਵਾਦ 2000 ਗੁਣਾ ਜ਼ਿਆਦਾ ਆਏਗਾ। ਤੁਸੀਂ 2 ਦੀ ਜਗ੍ਹਾ 4 ਰੋਟੀਆਂ ਖਾਓਗੇ। ਅਤੇ ਜੇ ਤੁਹਾਨੂੰ ਇਹ ਮੇਰਾ ਤਰੀਕਾ ਵਧੀਆ ਲੱਗਾ ਹੋਵੇ ਚਟਨੀ ਬਣਾਉਣ ਦਾ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ। ਅਤੇ ਜੇਕਰ ਮੇਰੇ ਚੈਨਲ 'ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਤਦ ਤੱਕ ਮੈਨੂੰ ਦੇਣਾ ਇਜਾਜ਼ਤ। ਰੱਬ ਰੱਖਾ।